ਕੁੱਲ ਇੱਕ ਹੋਰ ਅਫਸੋਸ ਵਾਲੀ ਆਤਮ ਚਿੰਤਨ ਵਾਲੀ ਗੱਲ ਹੈ ਗੱਲ ਹੈ ਪੱਤਰਕਾਰੀ ਪੱਤਰਕਾਰ ਤੇ ਸਿਆਸਤ ਇਹ ਤਿੰਨੇ ਹੀ ਨਿਗਾਰ ਵਾਲੇ ਜਾ ਰਹੇ ਨੇ ਪੱਤਰਕਾਰੀ ਵੀ ਜਾ ਰਹੀ ਹੈ ਪੱਤਰਕਾਰ ਵੀ ਜਾ ਰਹੇ ਨੇ ਸਿਆਸਤ ਵੀ ਜਾ ਰਹੀ ਹੈ ਸਾਡੇ ਸਾਹਮਣੇ ਕੱਲ ਦੀ ਘਟਨਾ ਕਿ ਇੱਕ ਕਿਸੇ ਪਾਰਟੀ ਦਾ ਵੱਡਾ ਕੋਈ ਸਿਆਸੀ ਲੀਡਰ ਉਡੀ ਤੇ ਪੱਤਰਕਾਰ ਦੀ ਜਿਹੜੀ ਆਪਸ ਦੇ ਵਿੱਚ ਬਹਿਸਬਾਜੀ ਹੋਈ ਹੈ ਉਹਨਾਂ ਦੀ ਮਤਲਬ ਇੱਕ ਦੂਜੇ ਤੱਕ ਕਾਫੀ ਅਗਰੈਸਿਵ ਕਹਿ ਸਕਦੇ ਆ ਉਹਨੂੰ ਬਹਿਸਬਾਜੀ ਕਹਿ ਲਓ ਉਹਨੂੰ ਬਤਮੀਜ਼ੀ ਕਹਿ ਲਓ ਕੁਝ ਕਹਿ ਲਓ ਉਹ ਹੋਇਆ ਉਹ ਮੰਦਪਾਗਾ ਹੋਇਆ ਦੋਵਾਂ ਧਿਰਾਂ ਵਾਸਤੇ ਸਿਆਸਤ ਵਾਸਤੇ ਵੀ ਪੱਤਰਕਾਰ ਵਾਸਤੇ ਵੀ ਪੱਤਰਕਾਰੀ ਵਾਸਤੇ ਵੀ ਹੁਣ ਮਸਲਾ ਇਹ ਹੈ ਕਿ ਜਦੋਂ ਪੱਤਰਕਾਰ ਖੁਸ਼ਾਮੰਦੀ ਕਰਨ ਲੱਗ ਜਾਣਗੇ ਸਿਆਸੀ ਲੀਡਰਾਂ ਦੀ ਉਹਨਾਂ ਦੇ ਕੋਲੋਂ ਫਾਇਦੇ ਲੈਣਗੇ ਫਾਇਦੇ ਕਿਸ ਤਰ੍ਹਾਂ ਦੇ ਲੈਣਗੇ ਕਿਸੇ ਨੇ ਆਪਣੇ ਭਰਾ ਨੂੰ ਨੌਕਰੀ ਲਵਾ ਲਿਆ ਕਿਸੇ ਨੇ ਮੁੰਡੇ ਨੂੰ ਲਵਾ ਲਿਆ ਕਿਸੇ ਨੇ ਭਤੀਜੇ ਨੂੰ ਲਵਾ ਲਿਆ ਤੇ ਕਿਸੇ ਨੇ ਘਰ ਵਾਲੀ ਨੂੰ ਲਵਾ ਲਿਆ ਤੇ ਉਸ ਤੋਂ ਬਾਅਦ ਤੁਸੀਂ ਕਾਣੇ ਹੋ ਜਾਂਦੇ ਹੋ ਕਿਸੇ ਵੀ ਸਿਆਸਤਦਾਨ ਦੇ ਕੋਲ ਜਾਂ ਕਿਸੇ ਵੀ ਸਿਆਸੀ ਪਾਰਟੀ ਦੇ ਕੋਲ ਜਿੱਥੋਂ ਤੁਸੀਂ ਇਸ ਤਰ੍ਹਾਂ ਦੇ ਨਿੱਜੀ ਜਿਹੜੇ ਫਾਇਦੇ ਆ ਉਹ ਲੈਂਦੇ ਹੋ ਤੇ ਉਦੋਂ ਬਾਅਦ ਉਹ ਸਿਆਸਤਦਾਨ ਤੇ ਇਹੋ ਹੀ ਸਮਝਣਗੇ ਕਿ ساری ਉਮਰ ਤੁਸੀਂ ਉਹਨਾਂ ਦੀ ਖੁਸ਼ਾਮਦ ਕਰਦੇ ਰਹੋ ਇਹ ਆਸ ਰੱਖਣਗੇ ਉਹਨਾਂ ਨੂੰ ਰੱਖਣੀ ਵੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਇਹਾਸਾਨ ਕੀਤੇ ਹੁੰਦੇ ਨੇ ਤੇ ਜਦੋਂ ਇਹਾਸਾਨ ਕੀਤੇ ਹੁੰਦੇ ਨੇ ਤੇ ਉਹ ਸੋਚਦੇ ਨੇ ਕਿ ਉਸੇ ਤਰ੍ਹਾਂ ਆਓ ਭਗਤ ਕਰਨ ਤੇ ਉਹਨੇ ਨੂੰ ਜਿਹੜੀ ਸਿਆਸਤ ਆ ਉਹ ਬਦਲ ਜੇ ਕਿਸੇ ਹੋਰ ਤੇਰੇ ਕੋਲ ਚਲ ਜੇ ਹੁਣ ਜਿਹੜੀ ਤੇਰੇ ਕੋਲ ਚਲ ਜੇਗੀ ਸਿਆਸਤ ਤੇ ਜਿਸ ਤਰ੍ਹਾਂ মিডিਆ ਦੇ ਉੱਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਹੈ মিডিਆ ਦੀ ਜਿਹੜੀ ਪਾਮ ਰੋੜੀ ਹੋ ਰਹੀ ਹੈ ਉਹਦੇ ਵਿੱਚ ਪੱਤਰਕਾਰ ਨੂੰ ਤੇ ਕੋਈ ਸਰਕਾਰਾਂ ਕੁਝ ਨਹੀਂ ਸਮਝਦੀਆਂ ਉਹ ਸਿੱਧਾ ਅਦਾਰਿਆਂ ਨਾਲ ਡੀਲ ਕਰਦੀਆਂ ਨੇ ਅਦਾਰੇ ਜਿਸ ਤਰ੍ਹਾਂ ਕਹਿਣਗੇ ਪੱਤਰਕਾਰ ਨੂੰ ਬਹੁਤਿਆਂ ਨੂੰ ਸਾਰਿਆਂ ਨੂੰ ਨਹੀਂ ਮੈਂ ਕਹਿ ਰਿਹਾ ਬਹੁਤਿਆਂ ਨੂੰ ਉਸ ਤਰ੍ਹਾਂ ਚੱਲਣਾ ਪੈਣਾ ਤੇ ਜਦੋਂ ਸੱਤਾ ਬਦਲੀ ਅਦਾਰਿਆਂ ਦਾ ਜਿਹੜਾ ਝੁਕਾਅ ਹੈ ਉਹ ਵੀ ਬਦਲ ਗਿਆ ਉਹ ਬਦਲ ਗਿਆ ਵਿਰੋਧੀ ਧਿਰ ਵੱਲੋਂ हट ਗਿਆ ਵਿਰੋਧੀ ਧਿਰ ਨੂੰ ਉਹ ਵਿਰੋਧ ਵਾਂਗੂ ਦੇਖਣ ਲੱਗੇ ਅਦਾਰੇ ਤੇ ਜਦੋਂ ਪੱਤਰਕਾਰ ਨੇ ਵੀ ਕੁਝ agressivo ਕੇ ਸਵਾਲ ਪੁੱਛਣੇ ਨੇ ਤੇ ਹੁਣ ਜਿਹੜੀ ਜਿਹੜਾ ਬੰਦਾ ਇਹ ਚਾਹੇਗਾ ਕਿ ਮੇਰੀ ਖੁਸ਼ਾਮਦ ਕਰੇ ਉਹ ਇਹ ਕਦੋਂ ਚਾਹੇਗਾ ਕਿ ਮੇਰੇ ਤੋਂ ਸਵਾਲ ਪੁੱਛੇ ਉਹ ਫਿਰ ਜਦੋਂ ਸਵਾਲ ਪੁੱਛੇ ਤਾਂ ਫਿਰ ਉਹ ਤਲਖੀ ਵੀ ਹੁੰਦੀ ਹੈ ਸਾਰਾ ਕੁਝ ਹੁੰਦਾ ਸੋ ਆਤਮ ਚਿੰਤਨ ਵਾਲੀ ਇਹ ਮੇਨ ਗੱਲ ਇਹ ਹੈ ਕਿ ਜੇ ਹੁਣ ਜਿੰਨੀ ਬਾਮ ਰੋੜੀ ਹੋ ਰਹੀ ਹੈ ਜੇ ਇਸੇ ਤਰ੍ਹਾਂ ਸਚਾਈ ਇਹ ਹੈ ਝੂਠ-ਝੂ ਮਰਜੀ ਬੋਲੀ ਜਾਓ ਸਾਰੇ ਧਾਰਿਆਂ ਨੂੰ ਪਤਾ ਹੈ ਸਾਰੇ ਪੱਤਰਕਾਰਾਂ ਨੂੰ ਪਤਾ ਹੈ ਜੇ ਹੁਣ ਅਸੀਂ ਪੈਰ ਨਾਲ ਆਏ ਤਾਂ ਕਿਸੇ ਦੇ ਪੈਰ ਨਹੀਂ ਲੱਗਣੇ ਇਦੋਂ ਗਾਂ ਜਿਹੜੀਆਂ ਸਰਕਾਰਾਂ ਆਉਣਗੀਆਂ ਉਹਨਾਂ ਨੂੰ ਇਹ ਕੁਛ ਤੇ ਬਣਾ ਬਣਾਇ ਮਿਲ ਜਾਣਾ ਇਦੋਂ 10 ਕਦਮ ਹੋਰ ਅੱਗੇ ਜਾਣਗੇ ਹੋਰ ਬਾਹ ਮਰੋੜੀ ਹੋਏਗੀ ਸੋ 100 ਮੇਰੇ ਖਿਆਲ 45ਵੇਂ 46ਵੇਂ ਨੰਬਰ ਤੇ ਤਾਂ ਦੇਸ਼ ਸਾਡਾ ਪਹਿਲਾਂ ਹੀ ਦੁਨੀਆ ਭਰ ਦੇ ਵਿੱਚ ਜਿਹੜੀ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਦੇ ਵਿੱਚ ਜਿਹੜੀ ਰਹਿੰਦੀ ਖੁੰਦੀ ਹੈਗੀ ਆ ਉਹ ਵੀ ਚਲੀ ਜਾਏਗੀ ਯਾਨੀ ਕਿ ਸਿੱਧਾ ਸਿੱਧਾ ਤੁਸੀਂ ਆਪਣੀ ਪੱਤਰਕਾਰੀ ਦਾ ਆਪਣੀ ਐਡੀਟੋਰੀਅਲ ਪਾਲਿਸੀ ਦਾ ਆਪਣੇ ਚੈਨਲਾਂ ਦਾ ਆਪਣੇ ਆਧਾਰਿਆਂ ਦਾ ਸਾਰਾ ਜਿਹੜਾ ਰਿਮੋਟ ਹੈ ਉਹ ਇੱਕ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਵੀ ਸਰਕਾਰ ਆਏਗੀ ਉਹਦੇ ਹੱਥ ਚ ਹੋਏਗਾ ਤੇ ਫਿਰ ਵਿਰੋਧੀ ਧਿਰ ਜਿਹੜੀ ਸੱਤਾ ਤੇ ਰਹਿ ਉਹਨੇ ਕੱਲ ਨੂੰ ਵਿਰੋਧੀ ਧਿਰ ਵੀ ਹੋਣਾ ਸੋ ਫਿਰ ਇਹ ਇਹ ਨਾ ਸਮਝੇ ਕਿ ਵਿਰੋਧੀ ਧਿਰ ਲਈ ਕੋਈ ਪੱਤਰਕਾਰ ਆਵਾਜ਼ ਚੁਕੇਗਾ ਜਾਂ ਉਹਨਾਂ ਦੀ ਗੱਲ ਹੋਏਗੀ ਕਿਉਂਕਿ ਜੇ ਸੱਤਾਧਿਰ ਸਾਰੇ মিডিਆ ਨੂੰ ਇਸ ਤਰ੍ਹਾਂ ਚਾਹੇ ਕਿ ਸਾਰਾ মিডিਆ ਸਾਰਾ ਦਿਨ ਸੱਤਾਧਾਰੀ ਧਿਰ ਦੇ ਗੁਣਗਾਨ ਕਰੀ ਜਾਵੇ ਤੇ ਵਿਰੋਧੀ ਧਿਰ ਦਿਖੇ ਹੀ ਨਾ ਤੇ ਫਿਰ ਜਦੋਂ ਕੱਲ ਨੂੰ ਤੁਸੀਂ ਵਿਰੋਧੀ ਤੇ ਰਹੋਗੇ ਤੇ ਉਦੋਂ ਜਿਹੜੀ ਸੱਤਾ ਤੇ ਰਹੇਗੀ ਉਹ ਕਦੋਂ ਤੁਹਾਨੂੰ ਚੱਲਣ ਦੇਣਗੇ ਸੋ ਇਹ ਮੰਦਭਾਗੀ ਵਰਤਾਰਾ ਇਹ ਸਾਰਿਆਂ ਲਈ ਸ਼ਰਮਨਾਕ ਹੈ ਪੱਤਰਕਾਰ ਲਈ ਵੀ ਪੱਤਰਕਾਰੀ ਲਈ ਵੀ ਤੇ ਸਿਆਸਤ ਲਈ ਵੀ ਦੇਖੋ ਪਹਿਲੀ ਗੱਲ ਸਮਝੋ ਕਿ ਸੱਤਾ ਅਸਲ ਚ ਸਾਡੇ ਦੇ ਚ ਹੈ ਕਿ ਦੇ ਹੱਥ ਹੂੰ ਲੋਕਾਂ ਨੂੰ ਲੱਗਦਾ ਕਿ ਪੋਲੀਟੀਸ਼ੀਅਨਾਂ ਦੇ ਹੱਥ ਹੈ ਹੂੰ ਮੈਂ ਕਹਿੰਨਾ ਪੋਲੀਟੀਸ਼ੀਅਨ ਵੀ ਗਾਂ ਵਿਕਿਓਏ ਕਾਰਪੋਰੇਟ ਇੰਟਰਸਟ ਨੂੰ ਹੂੰ ਇੱਕ ਦੋ ਦੋ ਚੀਜ਼ਾਂ ਲਗਾਤਾਰ ਹੋ ਰਹੀਆਂ ਇੱਕ ਤੇ ਕਾਰਪੋਰੇਟਾਈਜੇਸ਼ਨ ਆਫ ਦਾ ਪੋਲਿਟਿਕ ਸਾਡੀ ਜਿਹੜੀ ਰਾਜਨੀਤੀ ਹੈ ਉਹਦੇ ਉਹ ਇੱਕ ਬਿਲਕੁਲ ਬਿਲਕੁਲ ਇੱਕ ਵਪਾਰ ਦੀ ਤਰ੍ਹਾਂ ਬੜੀ ਦੇਰ ਤੋਂ ਬਣ ਰਿਆ ਸੀ ਹੁਣ ਸ਼ਰੇਆਮ ਬਣ ਚੁੱਕਾ ਕਿ ਕਿਸਿਆਂ ਦੋ ਚਾਰ ਵੱਡਿਆਂ ਪੰਜਾਂ ਸੱਤਾਂ ਘਰਾਣਿਆਂ ਤੋਂ ਕਾਰਪੋਰੇਟਾਂ ਤੋਂ ਵੱਡਿਆਂ ਤੋਂ ਪੈਸੇ ਮੋٹے ਤੌਰ ਤੇ ਇਕੱਠੇ ਕਰੋ ਤੁਹਾਨੂੰ ਪਤਾ ਬਾਂਡ ਖਰੀਦ ਕੇ ਜਾਂ ਜੇਬ ਉਹ ਸਾਰਾ ਚੱਲ ਰਿਹਾ ਹੂੰ ਇਲੈਕਸ਼ਨ ਬਾਂਡ ਜਾਂ ਜੇ ਉਹ ਉਹਦੇ ਰਾਈਮ ਮੋਟਾ ਪੈਸਾ ਜਿੰਨਾ ਮਰਜੀ ਉਹਨਾਂ ਦਾ ਵੀ ਫਾਇਦਾ ਹੋ ਜਾਂਦਾ ਟੈਕਸ ਦਾ ਇੱਧਰ ਪੈਸਾ ਆ ਜਾਂਦਾ ਉਹ ਫਿਰ ਉਸੇ ਤਰੀਕੇ ਨਾਲ ਸਾਂਝ ਪਿਆਲੀ ਨਾਲ ਪੋਲਿਟਿਕਸ ਚੱਲ ਰਹੀ ਆ ਗਾਂ ਪੋਲਿਟਿਕਸ ਦਾ ਮਾਮਲਾ ਇਹ ਆ ਕਿ ਉਹਨਾਂ ਤੋਂ ਬਾਹਰ ਕੋਈ ਚੀਜ਼ ਰਹਿ ਨਾ ਜਾਏ ਉਹ ਮੀਡੀਆ ਤੇ ਵੀ ਤੇ ਉਹੀ ਕਾਰਪੋਰੇਟਾਂ ਦਾ ਇੱਕ ਹਿੱਸਾ ਸਿੱਧਾ ਸਿੱਧਾ ਮੀਡੀਆ 'ਚ ਵੀ ਇਨਵੈਸਟ ਕਰ ਰਿਹਾ ਉਹਨਾਂ ਨੂੰ ਪਤਾ ਕਿ ਜੇ ਅਸੀਂ ਸੱਤਾ ਨੂੰ ਆਪਣੇ ਕੰਟਰੋਲ 'ਚ ਕਰਨਾ ਪੋਲਿਟਿਕਸ ਨੂੰ ਜਾਂ ਸਰਕਾਰਾਂ ਨੂੰ ਆਪਣੇ ਕੰਟਰੋਲ 'ਚ ਕਰਨਾ ਤੇ ਸਰਕਾਰਾਂ ਨੂੰ ਆਪਣੀ ਜਗ੍ਹਾ ਤੇ ਰੱਖਣ ਲਈ ਸਾਡੇ ਕੋਲ ਮੀਡੀਆ ਵੀ ਚਾਹੀਦਾ ਉਹ ਦੋਵੇਂ ਧਿਰ ਮਿਲ ਕੇ ਜਦੋਂ ਚੱਲਦੀ ਹੈ ਤਾਂ ਮੀਡੀਆ ਵੀ ਉਹਨਾਂ ਦੇ ਨਾਲ ਹੀ ਹੋ ਜਾਂਦਾ ਕਿਉਂਕਿ ਪਿੱਛੋਂ ਹੈ ਹੀ ਇੱਕੋ ਚੀਜ਼ ਦੋਵੇਂ ਇਸ ਲਈ ਇਹ ਤੇ ਇੱਕ ਬਹੁਤ ਵੱਡਾ ਦੁਖਾਨ ਦੀ ਗੱਲ ਹੈ ਕਿ ਜਿਹਨੂੰ ਕਹਿ ਲਓ ਕਿ ਮਾਨੋਲਿਥ ਕੋਈ ਕਿਸਮ ਦਾ ਸਾਰਾ ਤੁਹਾਨੂੰ ਰੰਗ ਸਾਰਾ ਕੁਝ दिखे ਕਿ ਉਹ ਹੀ ਤਾਂ ਪੋਲਿਟਿਕਸ ਕਾਰਪੋਰੇਟ ਲੱਗੇ ਔਰ ਜਿਹੜਾ ਜਿਹਨੂੰ ਕਰੋਨੀ ਕੈਪਟਲਿਜ਼ਮ ਕਹਿੰਦੇ ਆ ਪੋਲਿਟਿਕਸ ਦੇ ਨੇੜੇ ਹੋਏ ਜਿਹੜਾ ਕਾਰਪੋਰੇਟ ਉਹ ਵੱਡਾ ਤਕੜਾ ਹੁੰਦਾ ਵੀ ਕਿਉਂਕਿ ਉਥੋਂ ਕੋਟੇ ਲਈ ਜਾਵੇ ਉਥੋਂ ਮਾਪੀਓ ਸਿੱਧਾ ਸਿੱਧਾ ਪੈਸਾ ਲੈ ਕੇ ਮਗਰੋਂ ਖਾ ਜਾਵੇ ਕਹਦੇ ਜੀ ਐਨਪੀਏ ਹੈ ਇਹ ਤੇ ਹਾਲਤ ਬਣੀ ਹੋਈ ਆ 12 10 ਲੱਖ ਕਰੋੜ ਰੁਪਇਆ ਕਾਰਪੋਰੇਟ ਖਾ ਗਿਆ ਪਿਛਲੇ ਸਮੇਂ ਦੇ ਵਿੱਚ ਉਹਨਾਂ ਦਾ ਮaaf ਕਰ ਦਿੱਤਾ ਸਾਰਿਆਂ ਦਾ ਉਹ ਉਧਰੋਂ ਫਾਇਦੇ ਲਈ ਜਾਂਦੇ ਆ ਉਧਰੋਂ ਫੰਡ ਲਈ ਜਾਂਦੇ ਆ ਇਹ ਜਿਹੜਾ ਮੀਡੀਆ ਦਾ ਤੁਸੀਂ ਰੋਲ ਐਕਸਪੈਕਟ ਕਰਦੇ ਆ ਜਿਹੜਾ ਕਿ ਚੌਥਾ ਥੰਮ ਜਿਹਨੂੰ ਕਹਿੰਦੇ ਕਿਹੜਾ ਚੌਥਾ ਥੰਮ ਮੇਰੇ ਆਇ ਸਿਰਫ ਤੇ ਸਿਰਫ ਜੇ ਇਸ ਵੇਲੇ ਆਵਾਜ਼ جاری ਆ ਲੋਕਾਂ ਦੀ ਜਿੱਥੇ ਲੋਕ ਥੋੜਾ ਜਿਹਾ ਸੁਣ ਰਹੇ ਹੋ ਦੋ ਜਗ੍ਹਾ ਹੈ ਇੱਕ ਹੈ ਸੋਸ਼ਲ ਮੀਡੀਆ ਉਹਦੇ ਤੇ ਵੀ ਉਹ ਵੱਡੇ ਪੱਧਰ ਤੇ ਕਬਜ਼ਾ ਕਰ ਰਹੇ ਆ ਔਰ ਜਿਹੜਾ ਕਿ ਸੋਸ਼ਲ ਮੀਡੀਆ ਤੇ ਚੰਗੀ ਗੱਲ ਫਲਾਉਣ ਦਾ ਇੱਕ ਦਮ ਉਹਦਾ ਬਟਨ ਦੱਬ ਦਿੰਦੇ ਗਲਾ ਦਮ ਦਿੰਦੇ ਔਰ ਦੂਸਰਾ ਹੈਗਾ ਛੋਟੇ ਛੋਟੇ ਚੈਨਲ ਜਿਹੜੇ ਆ YouTube ਚੈਨਲ Facebook ਤੇ ਲੋਕਾਂ ਨੇ ਚਲਾਏ ਹੋਏ ਆ ਉਹ ਬੰਦੇ ਅਜੇ ਵੀ ਲੋਕਾਂ ਦੀ ਗੱਲ ਕਰਦੇ ਆ ਪੋਲਿਟਿਕਸ ਤੋਂ ਪਰਾਂ ਹੋ ਕੇ ਵਾਸ਼ਟੌਗ ਦਾ ਜਿਹੜਾ ਕੰਮ ਕਰ ਰਹੇ ਆ ਬਾਕੀ ਦੇ ਸਾਰੇ ਲੈਪਡੌਗ ਬਣ ਗਏ ਆ ਜਿਹਨੂੰ ਗੋਦੀ মিডিਆ ਦਾ ਲੋਕਾਂ ਨੇ ਦਿੱਤਾ ਆ ਔਰ ਸਰਕਾਰਾਂ ਐਡੀਆਂ ਬਿਸ਼ਰਮ ਹੋ ਗਈਆਂ ਤੇ ਸ਼ਰਿਆਂ ਧਮਕੀਆਂ ਦਿੰਦੀਆਂ মিডিਆ ਨੂੰ ਕਿ ਜਾਂਦੇ ਸਾਡੀ ਖਬਰ ਲਾਉਂ ਨਹੀਂ ਤੇ ਅਸੀਂ ਤੁਹਾਡੀ ਫੰਟੀ ਭੋਜਦੇਾਂਗੇ ਤੁਹਾਡੇ ਤੁਹਾਡੇ ਇਹ ਕਿ ਚੈਨਲ ਦੇ ਨਾਲ ਹੋਇਆ ਕਿ ਨਹੀਂ ਹੋਇਆ ਬੰਦ ਕੀਤਾ ਕਿ ਨਹੀਂ ਕੀਤਾ ਮੈਂ ਪ੍ਰੋਫੈਸਰ ਸਾਹਿਬ ਪੰਜਵੀਂ ਸਰਕਾਰ ਚ ਬਤੌਰ ਪੱਤਰਕਾਰ ਕੰਮ ਕਰ ਰਿਹਾ ਹਾਂ ਤੇ ਮੈਂ ਪਹਿਲੀ ਵਾਰੀ ਵੇਖਿਆ ਕਿਸੇ ਸਿਆਸੀ ਪਾਰਟੀ ਨੇ ਕਿਸੇ ادارے ਦਾ ਓਪਨਲੀ ਬਾਈਕਾਟ ਕੀਤਾ ਹੋਵੇ ਉਹਦੇ ਚ ਕੱਲ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਟਵੀਟ ਟਵੀਟ ਵੀ ਕੀਤਾ ਉਹਨਾਂ ਨੇ ਉਹਨਾਂ ਨੇ ਦੋ ਨਿੱਜੀ ਚੈਨਲਾਂ ਦਾ ਵਿਰੋਧ ਕੀਤਾ ਬਾਈਕਾਟ ਕੀਤਾ ਕਿ ਇਹ ਸਿਰਫ ਸੱਤਾਧਾਰੀ ਤੈਨੂੰ ਦਿਖਾਉਂਦੇ ਆ ਸਾਨੂੰ ਨਹੀਂ ਦਿਖਾਉਂਦੇ ਸੋ ਇਹ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਨਹੀਂ ਸੋ ਉਹਨਾਂ ਨੇ 3 ਮਹੀਨੇ ਲਈ ਬਾਈਕਾਟ ਕੀਤਾ ਤੇ ਜੇ ਉਦੋਂ ਤੱਕ ਉਹਨਾਂ ਨੇ ਕਿਹਾ ਸੁਧਰ ਜਾਣਗੇ ਤੇ ਹੋ ਸਕਦਾ ਫਿਰ ਉਹ ਬਾਈਕਾਟ ਹੈ ਜਿਹੜਾ ਉਹਨਾਂ ਦਾ ਖਤਮ ਹੋ ਜਾਵੇ ਬੇਸਿਕਲੀ ਠਿੰਦਰ ਜੀ ਇੱਕ ਪਾਸੇ ਆ ਲੋਕ ਲੋਕਾਂ ਦੀਆਂ ਮੁਸ਼ਕਲਾਂ ਲੋਕਾਂ ਦਾ ਏਕਾ ਲੋਕਾਂ ਦੀ ਆਵਾਜ਼ ਲੋਕਾਂ ਦੇ ਪ੍ਰੋਟੈਸਟ ਇਹ ਸਾਰਾ ਕੁਝ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਦੂਜੇ ਪਾਸੇ ਕੀ ਹੈ ਮੀਡੀਆ ਨਾਲ ਜਾ ਰਹੇ ਰਿਹਾ ਸਰਕਾਰ ਚਲੇ ਗਈਆਂ ਸੱਤਾ ਚਲੇ ਗਈ ਵੀ ਰੂਲਿੰਗ ਪਾਰਟੀਆਂ ਚਲੇ ਗਈਆਂ ਔਰ ਕਾਰਪੋਰੇਟ ਉਹਨਾਂ ਦੇ ਬੇ ਜਾਣੀ ਜਿੱਥੇ-ਜਿੱਥੇ ਵੀ ਪੈਸਾ ਸੱਤਾ ਉਹ ਸਾਰਾ ਕੁਝ ਹੈਗਾ ਪਾਵਰ ਹੈਗੀ ਆ ਉਹ ਤੇ ਅਗੇਂਸਟ ਜਨਰਲ ਪਾਪੂਲੇਸ਼ਨ ਦੇ ਆਪਣੇ ਹੀ ਹੋ ਗਏ ਯਾਨੀ ਸਿਵਲ ਸੋਸਾਇਟੀ ਦੇ ਅਗੇਂਸਟ ਆ ਕੇ ਖੜੇ ਹੋ ਗਏ ਇਹ ਬਹੁਤ ਖਤਰਨਾਕ ਮੋੜ ਹੈਗਾ ਇਹ ਜੇ ਜਿਸ ਤਰੀਕੇ ਨਾਲ ਜੇ ਇੰਨੀ ਅਣਦੇਖੀ ਕਰੋਗੇ ਵਿਰੋਧੀ ਪਾਰਟੀਆਂ ਦੀ ਕੋਈ ਆਵਾਜ਼ ਹੈਗੀ ਆ ਇਸ ਵੇਲੇ ਕੋਈ ਸੁਣਦਾ ਉਹਨਾਂ ਨੂੰ ਪਾਰਲੀਮੈਂਟ ਚੱਲਦੀ ਆ ਅਸੈਂਬਲੀਆਂ ਚੱਲਦੀਆਂ ਕਿਸ ਤਰੀਕੇ ਨਾਲ ਅਸੈਂਬਲੀ ਦੇ ਵਿੱਚ ਕੋਈ ਡਿਬੇਟ ਹੁੰਦੀ ਆ ਜਾਂ ਤੇ ਬਾਈਕਾਟ ਕਰ ਦਿੰਦੀ ਵਿਰੋਧੀ ਪਾਰਟੀ ਜਾ ਉਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ ਇਹ ਹਾਲਤ ਬਣੀ ਸਿਸਟਮ ਅਸੀਂ ਚੁੱਕ ਕੇ ਇੱਕ ਨੋਮੀਨਲ ਹਾਜ਼ਰੀ ਲਵਾਉਣ ਦੇ ਤੌਰ ਤੇ ਲਈ ਫਿਰਦੇ ਆਂ 트ਰੱਟਲ ਦੇ ਉੱਤੇ ਸਾਡੀ ਡੈਮੋਕ੍ਰੇਸੀ ਨੂੰ ਸਾਡੇ ਰਾਜਨੀਤਿਕ ਲੋਕਾਂ ਨੇ ਤੇ ਸਾਡੇ ਇਥੋਂ ਦੇ ਪੈਸੇ ਦੇ ਲਾਲਚੀ ਲੋਕਾਂ ਨੇ ਜਿਹੜਾ ਈਜ਼ੀ ਮਨੀ ਤੇ ਕੁਇਕ ਮਕ ਜਣੀ ਤੁਰੰਤ ਬਹੁਤ ਸਾਰਾ ਪੈਸਾ ਕਟਾ ਕਰ ਤਰਕਾਰੀ ਨੂੰ ਖਤਮ ਕਰਨ ਲਈ ਗੋੜ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਜਾ ਰਿਹਾ ਉਹ ਭਾਵੇਂ ਇਸ਼ਤਿਹਾਰਾਂ ਦਾ ਲਾਲਚ ਹੈ ਭਾਵੇਂ ਹੋਰ ਸਰਕਾਰ ਕੋਲ ਅਪਲਾਈਜ਼ ਕਰਨ ਦੇ ਬੜੇ ਤਰੀਕੇ ਹੁੰਦੇ ਨੇ ਭਾਵੇਂ ਕੋਈ ਕਾਰਨ ਹੈ ਪਰ ਹੈ ਗੁੜ ਦੇ ਵਿੱਚ ਜ਼ਹਿਰ ਹੈ ਜਿਹੜਾ ਆਉਣ ਵਾਲੇ ਸਮਾਜ ਨੂੰ ਆਉਣ ਵਾਲੀਆਂ ਨਸਲਾਂ ਨੂੰ ਆਉਣ ਵਾਲੀ ਸਿਆਸਤ ਨੂੰ ਆਉਣ ਵਾਲੇ ਭਵਿੱਖ ਲਈ ਬਹੁਤ ਖਤਰਨਾਕ ਤੇ ਨੁਕਸਾਨਦੇਹ ਵਾਲਾ ਨਹੀਂ ਵਿੱਚ ਵਿੱਚ ਹੈਗੇ ਜਿਹੜੇ ਖੜੇ ਆ ਫਿਰ ਨਹੀਂਗੇ ਕੇ ਬਿਲਕੁਲ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਇੱਕ ਲਪੇਟੇ 'ਚ ਨਹੀਂ ਲੈਂਦੇ ਅਜੀਤ ਨਹੀਂ ਗੱਲ ਚੱਲੀ ਭਾਵੇਂ ਉਹਦੇ ਕੁਝ ਕਾਰਨ ਹੋਰ ਵੀ ਹੋਣਗੇ ਪਰ ਇਹ ਕਿੱਥੇ ਤੱਕ ਗਈਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਦੇਖੋ ਪ੍ਰੋ ਜਿਹੜੀ ਸੱਤਾ ਦੇ ਪਾਰਟੀ ਹੈ ਉਹ ਮੰਨ ਲਓ ਕੋਈ ਪ੍ਰੋ ਕਾਂਗਰਸੀ ਰਿਹਾ ਕੋਈ ਪ੍ਰੋ ਅਕਾਲੀ ਰਿਹਾ ਕੋਈ ਪ੍ਰੋ ਮਤਲਬ ਆਮ ਆਦਮੀ ਪਾਰਟੀ ਹੈ ਜਾਂ ਪ੍ਰੋ ਭਾਜਪਾ ਹੈ ਇਦਾਂ ਅਦਾਰਿਆਂ ਦਾ ਝਕਾ ਥੋੜਾ ਥੋੜਾ ਹੁੰਦਾ ਰਿਹਾ ਪਰ ਜਿਸ ਤਰੀਕੇ ਹੁਣ ਹੋ ਰਿਹਾ ਇਸ ਤਰੀਕੇ ਨਹੀਂ ਪਹਿਲਾਂ ਦੇਖਿਆ ਔਰ ਇਸ ਤਰੀਕੇ ਦੀ ਪਹਿਲਾਂ ਮੀਡੀਆ ਅਦਾਰਿਆਂ ਦੀ ਕੋਈ ਬਾਂਹ ਮਰੋੜੀ ਵੀ ਨਹੀਂ ਹੋਈ ਤੇ ਇਸ ਤਰੀਕੇ ਮੀਡੀਆ ਅਦਾਰੇ ਵਿਸ਼ੇ ਵੀ ਨਹੀਂ ਕਿ ਲੰਮੇ ਬਹਿ ਜਾਓ ਨਹੀਂ ਨਹੀਂ ਦੇਖੋ ਨਾ ਜੀਤ ਦਾ ਉਹ ਇੱਥੇ ਤੱਕ ਨਹੀਂ ਰੁਕੇ ਪਿੱਤੇ ਨੂੰ ਅਸੀਂ ਇਸ਼ਤਿਹਾਰ ਨਹੀਂ ਦੇਣੇ ਕਿਤੇ ਚੰਗਾ ਫਿਰ ਤੈਨੂੰ ਅਸੀਂ ਵਿਜਲੈਂਸ ਤੇਰੇ ਪਿੱਛੇ ਪਾਉਂਦੇ ਆ ਕੱਢ ਦੇ ਦੋ ਲੋ ਖੱਡੋ ਵੇ ਇਹਦੇ ਅਕਾਊਂਟ ਸਾਰੇ ਕਰੋ ਕਿ ਬਈ ਖਾਤਾ ਇਹਦਾ ਨਾ ਪਤਾ ਲੱਗੇ ਉਹਨੂੰ ਜਿਹੜਾ ਹੱਥ ਲੱਗਾ ਉਹਨੇ ਸਾਰੀਆਂ ਪਾਰਟੀਆਂ ਕੱਟੀਆਂ ਕਰ ਲਈਆਂ ਹੁਣ ਉਹਦਾ ਉਹਨੂੰ ਫਾਇਦਾ ਹੋਇਆ ਨੁਕਸਾਨ ਹੋਇਆ ਕੀ ਹੋਊਗਾ ਬਰਜਿੰਦਰ ਹਮਦਰਦ ਉਹਨਾਂ ਨੂੰ ਉਹ ਤੇ ਬਾਅਦ ਦੀ ਦੇਖਣ ਦੀ ਗੱਲ ਐ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਔਰ ਮੈਨੂੰ ਲੱਗਦਾ ਜਿਹੜੇ ਸਾਡੇ ਕੰਸ਼ੈਂਸ਼ੀਅਸ ਲੋਕ ਆ ਜਿਨ੍ਹਾਂ ਦੀ ਅਜੇ ਵੀ ਆਤਮਾ ਜੀਵੀ ਜਾਗਦੀ ਹੈਗੀ ਆ ਔਰ ਜਿਹੜੇ ਸੱਚੀ ਮੁੱਚੀ ਇਸ ਧਰਤੀ ਨੂੰ ਤੇ ਇਸ ਦੇਸ਼ ਨੂੰ ਇਨ੍ਹਾਂ ਲੋਕਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਬਲੰਦੀ ਦੀ ਆਵਾਜ਼ ਦੇ ਵਿੱਚ ਸਚਾਈ ਦੇ ਨਾਲ ਔਰ ਮੀਡੀਆ ਦੀ ਆਵਾਜ਼ ਜਿਹੜੀ ਬਚੀ ਰਹੇ ਉਹਦੇ ਨਾਲ ਖੜੇ ਹੋਣਾ ਚਾਹੀਦਾ ਜੇ ਸਾਰੇ ਰਸਤੇ ਹੀ ਲੋਕਾਂ ਕੋਲ ਕੋਈ ਵੀ ਇਨਫੋਰਮੇਸ਼ਨ ਫਲੋ ਦੇ ਬੰਦ ਹੋ ਜਾਣਗੇ ਤੇ ਲੋਕ ਫਿਰ ਕੀ ਕਰਨਗੇ ਲੋਕ ਤੇ ਕੰਡਾ ਨਾਲ ਹੀ ਟੱਕਰਾ ਮਾਰਨਗੇ ਨਾ ਬਿਲਕੁਲ ਅੱਜ ਵੀ ਇਹ ਸਾਰਾ ਮੀਡੀਆ ਏਕਾ ਕਰਲੇ ਸਾਰੇ ਪੱਤਰਕਾਰ ਏਕਾ ਕਰ ਲੈਣ ਤੇ ਕਿਸੇ ਵੀ ਸਿਆਸੀ ਜਮਾਤ ਦੀ ਕਿਸੇ ਸੱਤਾ ਤੇ ਪਾਰਟੀ ਦੀ ਮਜਾਲ ਨਹੀਂ ਕਿ ਉਹ ਪੱਤਰਕਾਰਾਂ ਦਾ ਜਾਂ ਪੱਤਰਕਾਰੀ ਦਾ ਕੋਈ ਨੁਕਸਾਨ ਕਰ ਸਕਣ